हाँ जी, सत श्री अकाल जी सारे। वधिया फार्म यूट्यूब चैनल पर तुहाडा स्वागत है जी। किसान वीरों, अज दे जिहड़ी आपां वीडियो बना रहे हैं, पिंड चितौड़गढ़, तहसील फतेहगढ़ चूड़ियाँ ते जिला गुरदासपुर। फतेहगढ़ चूड़ियाँ के नाल ही जिहड़ा वीरजी उहनां दा पिंड पै जांदा, फतेहगढ़ चूड़ियाँ की दाणा मंडी जिहड़ी उहदे बिल्कुल सामने जिहड़ा पिंड है वीरजी उहनां दा। ते अज दी वीडियो तुहानूं काफ़ी खूबसूरत एक झोटी तुहानूं दिखाउणी है, चंगा सोहना सिंघे दा आपां दे सकदे हां, तो उंज कद काठ की भी जी चंकी है। हूँ गलबात भीर जी उन्होंने करते हैं, तो पूछ रहे सारी डिटेल। तो वीडियो शुरू करने तो पहले जेडे भीर ने चैनल में हाले तक सबसक्राइब नहीं किया, चैनल सबसक्राइब जरूर कर देना, वीडियो लाइक तो शेयर जरूर कर देना। हाँ जी वीर जी, सत श्रीकाल जी। वीर जी नाम दस दे करिए अपना। नाम मेरा भाजी हरप्रीत सिंह जी, पिंड चितौड़गढ़। हाँ जी, तहसील पटावा, जिला गुरदासपुर। फतेहगढ़ चूड़ियां ਦੇ ਬਿਲਕੁਲ ਨਾਲ ਹੀ ਪਿੰਡ ਪੈਂਦਾ ਚਿਤੌੜਗੜ੍ਹ। ਅੱਛਾ, ਫਤੇਹਗੜ੍ਹ ਚੂੜੀਆਂ ਦੇ ਨਾਲ ਹੀ ਹੈ ਨਾ? ਇੱਥੋਂ ਕਿਲੋਮੀਟਰ ਹੀ ਹੋਣੀ ਆ ਫਤੇਹਗੜ੍ਹ ਚੂੜੀਆਂ ਨਾਲ। 5 ਮਿੰਟ ਦਾ ਰਸਤਾ ਫਤੇਹਗੜ੍ਹ ਦਾ। ਅੱਛਾ ਜੀ, ਠੀਕ ਆ। ਫੋਨ ਨੰਬਰ ਇੱਕ ਵਾਰੀ ਬੋਲਦੇ ਜੀ। ਮੇਰਾ 87 82 0598। ਠੀਕ ਆ ਜੀ। ਤੇ ਵੀਰ ਜੀ, ਆਪਾਂ ਫਿਰ ਆਪਣੀ ਘਰ ਦੀ ਝੋਟੀ ਕਿ ਲਿਆਂਦੀ ਆ? ਨਹੀਂ ਭਾਜੀ, ਲਿਆਂਦੀ। ਇਹ ਕਿੱਥੋਂ ਲਿਆਂਦੀ ਜੀ? ਇਹ ਭਾਜੀ ਸਰਸੋਂ ਆਈ ਜੀ ਝੋਟੀ। ਅੱਛਾ, ਸਰਸੋਂ ਆਈ ਆ। ਕੱਲੀ ਝੋਟੀ ਇੱਕੋ ਹੀ ਲਿਆਂਦੀ ਕਿ ਹੋਰ ਵੀ ਮਾਲ ਜੋੜੀ ਆਈ? ਇੱਕ ਵੇਗੀ ਬਸ ਆਉਂਦਿਆਂ ਵੇਗੀ। ਅੱਛਾ, ਜੋੜੀ ਲਿਆਂਦੀ ਸੀ ਤੇ ਇੱਕ ਵੇਗੀ ਤੇ ਇੱਕ ਰਹਿ ਗਈ, ਹਨਾ? ਠੀਕ ਆ। ਤੇ ਆਹ ਆ ਦਿਖਾਵਾਂਗੇ ਝੋਟੀ ਤੁਹਾਨੂੰ, ਆ ਦੇਖ ਸਕਦੇ ਸਰਸੇ ਵਾਲੀ ਸਾਈਡ ਤੋਂ ਵੀਰ ਜੀ ਨੇ ਕਹਿੰਦੇ ਕਿ ਝੋਟੀ ਜਿਹੜੀ ਇਹ ਵਾਲੀ ਆਈ ਹੈ। ਥਾਣੇ ਦੇ ਕਰੀ ਤੁਹਾਨੂੰ ਲੱਗ ਤੇ ਦਿਖਾ ਦਈਏ। ਕਿੰਨਾ ਸੁਬਾ ਸੋਈ ਵੀਰ ਜੀ? ਭਾਜੀ ਪਹਿਲਾ ਸੁਬਾ ਸੋਈ ਜੀ। ਅੱਛਾ, ਪਹਿਲਾ ਸੁਬਾ ਸੋਈ ਹੈ। ਤੇ ਕਿੰਨਾ ਚਿਰ ਹੋ ਗਿਆ ਇਸ ਸੋਈ ਨੂੰ? ਸੋਈ ਨੂੰ ਭਾਜੀ ਅੱਜ 9 ਦਿਨ ਜੀ। ਅੱਛਾ, 9 ਦਿਨ ਹੈ। ਠੀਕ ਹੈ। ਕਿੰਨਾ ਕਿ ਦੁੱਧ ਤਿਆਰ ਜੇ? ਦੇਖੋ, ਦੁੱਧ ਤਿਆਰ 10 ਲੀਟਰ ਤਿਆਰ। 10 ਲੀਟਰ ਤਿਆਰ ਹੈ ਪੂਰਾ? ਦੋ ਟਾਈਮ ਚਵਾ ਕੇ ਦੋਗੇ? ਦੋ ਟਾਈਮ ਚਵਾ ਕੇ ਭਾਜੀ, ਤਸੱਲੀ ਕਰ ਦਿਓ। ਠੀਕ ਹੈ। ਕਿੰਨਾ ਕਿ ਦੁੱਧ ਚਵਾ ਜੂਗੇ? ਦੁੱਧ ਭਾਜੀ ਇਹ ਹੋਏ 9 ਦਿਨ ਹੈ ਹੁਣ, ਆਪਣੀ ਕਪੈਸਿਟੀ ਸਮਾਂ 12 13 ਲੀਟਰ ਤੇ ਦੁੱਧ ਜਾਊਗੀ। ਅੱਛਾ, 12 13 ਲੀਟਰ ਦੁੱਧ ਜਿਹੜਾ ਪਹਿਲੇ ਸੂਵੇ ਚਵਾ ਦੂਗੀ। ਹਾਂਜੀ, ਠੀਕ ਹੈ। ਤੇ ਬੱਚਾ ਕੀ ਆ ਗਿਆ ਮਗਰ? ਬੱਚਾ ਮਰੀ ਕੱਟਾ ਜੀ। ਮਗਰ ਕੱਟਾ ਆ ਗਿਆ, ਆ ਦੇ ਸੱਦਿਆ ਕੱਟਾ ਜੀ। ਤੇ ਚਵਾ ਚੂ ਕਿਹੋ ਜਿਹਾ ਜੀ? ਚਵਾ ਭਾਜੀ 1 ਨੰਬਰ ਬਿਲਕੁਲ। ਅੱਛਾ, ਚਵਾ ਪੂਰਾ 1 ਨੰਬਰ ਹੈ। ਤੇ ਪੂਰ ਛਿੱਟਾ ਤੇ ਨਹੀਂ ਕੋਈ ਮਾਰਦੇ? ਨਾ ਨਾ, ਕੋਈ ਭਾਜੀ। ਠੀਕ ਹੈ, ਦੋ ਟਾਈਮ ਤਸੱਲੀ ਕਰਕੇ ਆਪਣੀ। ਠੀਕ। ਹਾਂਜੀ ਵੀਰ ਜੀ, ਫਿਰ ਇੱਕ ਰੀ ਨੇ ਤੋੜ ਕੇ ਦਿਖਾਈਏ ਜੀ। ਹਾਂਜੀ ਭਾਜੀ, ਠੀਕ ਹੈ। ਲੈ ਖੋਲ ਕੇ ਕਰੀ ਦਿਖਾ ਦਿਓ। ਆ ਦੇ ਸਾਦੇ ਜੀ, ਕੱਦ ਕਾਠ ਜਿਹੜਾ ਚੰਗਾ ਉੱਚਾ ਤੇ ਤੋੜ ਕੇ ਇੱਕ ਰੀ ਜਿਹੜੀ ਤੁਹਾਨੂੰ ਦਿਖਾਉਣੀ ਹੈ। ਹਵਾਨਾ ਲੱਗ ਕੇ ਦੇਖ ਸਕਦੇ, ਬਾਕੀ ਦੁਪਹਿਰ ਦਾ ਟਾਈਮ ਹੈ ਜਿਹੜਾ, ਸ਼ਾਮ ਤੱਕ ਹਵਾਨਾ ਜਿਹੜਾ ਭਰੂਗੀ ਪੂਰਾ। ਹਾਈਟ ਆਪਾਂ ਦੇਖ ਸਕਦੇ ਕਾਫੀ ਉੱਚੀ ਹੈ, ਹਵਾਨਾ ਲੱਗ ਕੇ ਦੇਖ ਸਕਦੇ। ਅਜੇ ਪੂਰੇ 12 ਵਜੇ ਆ ਜਿਹੜੇ, 12 ਦਾ ਟਾਈਮ ਪੂਰਾ ਹੋਇਆ। ਦੁੱਧ ਇਸ ਟਾਈਮ 10 ਲੀਟਰ ਹੈ ਤੇ ਵੀਰ ਜੀ ਨੇ ਕਹਿੰਦੇ ਕਿ 12 ਕੁ ਲੀਟਰ ਦੇ ਕਰੀਬ ਦੁੱਧ ਜਿਹੜਾ ਚਵਾ ਜੂਗੀ। ਥਾਣੇ ਦੇ ਕਰੀ ਤੁਹਾਨੂੰ ਲੱਗ ਕੇ ਦਿਖਾ ਦਈਏ, ਚਿਹਰਾ ਇਹਦਾ ਇੱਕ ਵਾਰੀ ਫਿਰ ਤੋਂ ਦੇਖ ਸਕਦੇ। ਚਿਹਰਾ ਜਿਹੜਾ ਇਹਦਾ ਕਾਫੀ ਖੂਬਸੂਰਤ ਹੈ, ਝੋਟੀ ਦਾ ਜਿਹੜਾ ਕੱਦ ਕਾਠ ਵੀ ਚੰਗਾ। ਬਾਕੀ ਮਗਰ ਕੱਟਾ ਬੱਚਾ ਵੀ ਤੁਹਾਨੂੰ ਇੱਕ ਵਾਰੀ ਦੁਬਾਰਾ ਤੋਂ ਦਿਖਾ ਦਈਏ, ਜਿਹੜਾ ਥੱਲੇ ਲੱਗ ਗਿਆ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਇਹਦਾ ਦੱਸੀਏ ਜੀ। ਮੁੱਲ ਭਾਜੀ 90,000 ਰੁਪਏ ਕਰਦੇ ਜੀ। 90,000? ਹਾਂਜੀ, ਮਾਨਤਾ ਨਾਲ ਜੁਮੋ ਕੇ ਤੇ, ਮਾਨਤਾ ਨਾਲ ਜੁਮੋ ਕੇ। ਠੀਕ ਹੈ, ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਜੀ ਫਿਰ? ਬਸ ਭਾਜੀ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਬਾਕੀ ਆ ਤੁਹਾਡੇ ਸਾਹਮਣੇ ਆ, ਜਿਹੜੇ ਵੀਰ ਨੂੰ ਪਸੰਦ ਆਊਗੀ ਆਪਣੀ ਇੱਥੇ ਆ ਕੇ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਅਤੇ ਫਿਰ ਆਪਣਾ ਪਸ਼ੂ ਖਰੀਦੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।